ਭਾਵੇਂ ਕਿ ਨਸ਼ੇ ਤੇ ਠੱਲ ਪਾਉਣ ਦੇ ਲਈ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ, ਨਸ਼ੇ ਦੀ ਰੋਕਥਾਮ ਲਈ ਖਾਨਾ ਪੂਰਤੀ ਲਈ ਪੁਲਿਸ ਵੱਲੋਂ ਸਰਚ ਅਭਿਆਨ ਅਤੇ ਲੋਕਾਂ ਦੀ ਸਰਚ ਦਾ ਬਹਾਨਾ ਲਾ ਕੇ ਅਖਬਾਰ ਵਿੱਚ ਫੋਟੋ ਦੇਣ ਦੇ ਲਈ ਖਾਨਾ ਪੂਰਤੀ ਕੀਤੀ ਜਾਂਦੀ ਹੈ, ਪਰ ਇਸ ਦੇ ਅਸਲ ਹਕੀਕਤ ਜ਼ਮੀਨੀ ਪੱਧਰ ਤੋਂ ਦਿਖਾਈ ਦਿੰਦੀ ਹੈ ਕਿਉਂਕਿ ਆਏ ਦਿਨ ਹੀ ਪਿੰਡਾਂ ਦੇ ਵਿੱਚ ਵੱਡੇ ਪੱਧਰ 'ਤੇ ਨਸ਼ਾ ਵਿਕ ਰਿਹਾ, ਪਰ ਪੁਲਿਸ ਹੱਥ 'ਤੇ ਹੱਥ ਧਾਰ ਕੇ ਬੈਠੀ ਹੋਈ ਹੈ। ਇਹਨਾਂ ਸਮੱਗਲਰਾਂ ਨੂੰ ਫੜਨ ਦੀ ਬਜਾਏ ਸਿਰਫ ਖਾਨਾ ਪੂਰਤੀ ਹੀ ਕਰ ਰਹੀ ਹੈ ਅਤੇ ਨਿੱਤ ਦਿਨ ਮਾਪਿਆਂ ਦੇ ਨੌਜਵਾਨ ਪੁੱਤ ਇਸ ਨਸ਼ੇ ਦੀ ਬਲੀ ਚੜ੍ਹਦੇ ਹੋਏ ਵਿਖਾਈ ਦੇ ਰਹੇ ਨੇ। ਅਤੇ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ, ਜਿੱਥੇ ਮਾਪਿਆਂ ਦਾ ਇੱਕ 19 ਸਾਲ ਦਾ ਨੌਜਵਾਨ ਇੱਕ ਲੌਤਾ ਪੁੱਤ ਨਸ਼ੇ ਦੀ ਓਵਰਡੋਸ ਕਾਰਨ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦਲਬੀਰ ਕੌਰ ਅਤੇ ਨਿਹੰਗ ਸਿੰਘ ਜਥੇਬੰਦੀ ਅਤੇ ਮ੍ਰਿਤਕ ਨੌਜਵਾਨ ਮਹਿਕਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਤਾਏ ਦੇ ਲੜਕੇ ਹੈ ਜਿਹੜੇ ਰਣਜੋਤ ਵੀਰ ਸਿੰਘ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਅਤੇ ਅੱਗੇ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਅਤੇ ਆਏ ਦਿਨ ਹੀ ਨੌਜਵਾਨ ਇਸ ਨਸ਼ਿਆਂ ਦੀ ਭੇਟ ਚੜ੍ਹ ਰਹੇ ਨੇ। ਉਹਨਾਂ ਕਿਹਾ ਕਿ ਮਹਿਕਦੀਪ ਸਿੰਘ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਅਤੇ ਕੁਝ ਦੇਰ ਬਾਅਦ ਪਿੰਡ ਦੇ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਮਹਿਕਦੀਪ ਸਿੰਘ ਦੀ ਲਾਸ਼ ਹੈ ਜਿਹੜੀ ਨਹਿਰ ਝਾੜੀਆਂ ਦੇ ਵਿੱਚ ਪਈ ਹੋਈ ਮਿਲੀ ਹੈ। ਉਹਨਾਂ ਕਿਹਾ ਕਿ ਜਦ ਜਾ ਕੇ ਵੇਖਿਆ ਤਾਂ ਮਹਿਕਦੀਪ ਸਿੰਘ ਨੇ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ ਅਤੇ ਉਸਦੇ ਲਾਗੇ ਕੋਈ ਵੀ ਨਹੀਂ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਪਰ ਪੁਲਿਸ ਕੋਈ ਵੀ ਕੰਟਰੋਲ ਨਹੀਂ ਕਰ ਰਹੀ। ਉਹਨਾਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਨਸ਼ਾ ਆਉਂਦੇ ਸਾਰ ਹੀ ਬੰਦ ਕਰਵਾ ਦੇਵਾਂਗੇ, ਸਗੋਂ ਅੱਗੇ ਨਾਲੋਂ ਵੀ ਹੁਣ ਨਸ਼ਾ ਜ਼ਿਆਦਾ ਵਿਕ ਰਿਹਾ। ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਸ਼ੇ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਤਾਂ ਜੋ ਹੋਰ ਨੌਜਵਾਨ ਇਸ ਦੀ ਬਲੀ ਨਾ ਚੜ੍ਹ ਸਕਣ। ਉੱਧਰ ਮੌਕੇ 'ਤੇ ਪੁਲਿਸ ਅਧਿਕਾਰੀ ਵੀ ਪਹੁੰਚੇ, ਉਹਨਾਂ ਦਾ ਕੀ ਕਹਿਣਾ ਹੈ ਆਪਦਾ ਉਹਨੂੰ ਦਿਖਾਉਂਦੇ ਹਾਂ ਇਸ ਰਿਪੋਰਟ। ਅੱਜ ਉਹਨਾਂ ਮਾਪਿਆਂ ਦਾ ਕੱਖ ਨਹੀਂ ਰਿਹਾ, ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ। ਵੇਖੋ ਹੁਣ ਜਾਂਦੇ ਹੋ ਵੇਖੇ ਜਰੇ ਜਾਂਦੇ ਕਿਸੇ ਜੀ ਕੋ ਵੀ ਜਰੇ ਜਾਂਦੇ ਆ। ਇਹ ਅੱਜ ਉਹਨਾਂ 'ਤੇ ਆਏ, ਕੱਲ੍ਹ ਨੂੰ ਹੋਰ ਵੀ ਸਾਡੇ ਵਰਗੀਆਂ ਮਾਵਾਂ 'ਤੇ ਇਹ ਟਾਈਮ ਆਉਣਾ, ਪਰ ਇੱਦਾਂ ਦੁਨੀਆਂ ਤੋਂ ਉਮਤਰੇ ਪੁੱਤ ਬਹੁਤ ਗਏ ਆ। ਵੇਖੋ ਦੁਨੀਆਂ, ਸੰਭਾਲੋ ਇਸ ਬੱਚਿਆਂ ਨੂੰ, ਸੰਭਾਲੋ। ਇਸ ਗੌਰਮੈਂਟ ਨੇ ਨਹੀਂ ਜੇ ਕੁਛ ਕਰਨਾ, ਆਪਣੇ ਭੈਣ ਭਰਾ ਹੀ ਆਪਾਂ ਸਾਰੇ ਸੰਭਾਲਾਂਗੇ ਤਾਂ ਬੇਭਾਵੇਂ ਆਪਾਂ ਸੰਭਾਲ ਲਈਏ। ਉੱਥੇ ਬੱਚੇ ਕਾਰ ਕਰ 20 ਬੁੱਢੀਆਂ ਦੇ ਵਿੱਚੋਂ ਕੋਈ 5-7 ਮਾਵਾਂ ਹੋਣਗੀਆਂ ਜਿਨ੍ਹਾਂ ਦੇ ਬੱਚੇ ਕੰਮ ਨਹੀਂ ਕਰਦੇ। ਮੈਂ ਤਾਂ ਆਹ ਨਹੀਂ ਵੀ ਪਹਿਲਾਂ ਪੱਤੇ ਛੱਡ ਕੇ ਪਹਿਲਾਂ ਮੁੰਡਾ ਨੂੰ ਫੜੋ ਜਿਹੜੇ ਵੇਚਦੇ ਆ, ਉਹਨਾਂ ਨੂੰ ਫੜੋ, ਫਿਰ ਉਹਨਾਂ ਨੂੰ ਪਤਾ ਲੱਗੇ। ਉਹਨਾਂ ਦੇ ਬੱਚਿਆਂ ਨੂੰ ਵੀ ਗਾੜੀ, ਮਹਾਰਾਜ ਇਹੋ ਜਿਹਾ ਵੇਲਾ ਆਵੇ ਉਹ ਵੀ ਉਹਨਾਂ ਨੂੰ ਵਿਖਾ ਲੈਣ ਵੀ ਅਸੀਂ ਤੁਸੀਂ ਆਹ ਕੰਮ ਕੀਤਾ ਨਾ, ਲੋਕਾਂ ਦੇ ਪੁੱਤ ਮਾਰੇ ਆ, ਅੱਜ ਤੁਹਾਡੇ ਪੁੱਤ ਵੀ ਮਨ ਫੇ ਆ ਢਿੱਡ ਨੂੰ ਠੱਡ ਪੈਣੀ ਜੀ। ਡੈਥ ਤਾਂ ਕਰਨਾ ਨੂੰ ਪਤਾ ਤਾਂ ਲੱਗਣਾ ਜੀ, ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਇਹਨੇ ਸਿਰਫ ਡਰੱਗ ਦਾ ਇੰਜੈਕਸ਼ਨ ਲਾਇਆ, ਟੀਕਾ ਲਾਇਆ ਸੀ, ਉੱਥੇ ਇਕੱਲਾ ਡਿੱਗਾ ਪਿਆ ਸੀ ਲਾਗੇ, ਕੋਈ ਨਹੀਂ ਆ, ਤਾਂ ਐਂ ਝਾੜੀਆਂ 'ਚ ਡਿੱਗਾ ਪਿਆ ਸੀ ਨਹਿਰ 'ਤੇ। ਠੀਕ ਹੈ ਜੀ, ਅਸੀਂ ਤਾਂ ਉੱਥੇ ਸਾਨੂੰ ਤਾਂ ਖੁਜ ਥਾ ਪੈਰਾਂ ਦੀ ਪੈ ਗਈ, ਲਾਗੇ ਬਾਈਕ ਵੀ ਇਹਦੀ ਲੱਗੀ, ਅਤੇ ਅਸੀਂ ਜਾ ਕੇ ਬਾਅਦ 'ਚ ਜਦੋਂ ਚੈੱਕ ਕੀਤਾ ਤਾਂ ਟੀਕਾ ਲਾਇਆ ਇਹਨੇ, ਅਤੇ ਜਿਹੜੇ ਨਾਲ ਹੀ ਬੰਦੇ ਉਹਨਾਂ ਦਾ ਸਾਨੂੰ ਪਤਾ ਨਹੀਂ ਕੌਣ। ਜੋ ਅੱਜ ਇਹ ਸੇਵਾ ਬਲਿਆ ਉਹ ਸਾਰਿਆਂ ਦੇ ਘਰਾਂ 'ਚ ਜਾਣਾ ਵਾ, ਕੱਲ੍ਹ ਨੂੰ ਕੋਈ ਇਹ ਨਾ ਆਖੇ ਕਿ ਮੇਰੇ ਘਰ ਨਹੀਂ ਬਲਣੀ। ਜਵਾਨ ਪੁੱਤ ਜੋ ਵੀ 15 ਸਾਲ ਤੋਂ ਉੱਪਰ ਹੁੰਦਾ ਵਾ, ਕਿਹੋ ਜਿਹੀ ਇੱਕ ਗੌਰਮੈਂਟ ਨੇ ਚਾਲ ਚੱਲੀ ਸੈਂਟਰ ਨੇ ਦਿੱਲੀ, ਇਸੇ ਤਰ੍ਹਾਂ ਮਾਵਾਂ ਨੂੰ ਰੋਂਦਾ ਵੇਖਣਾ ਚਾਹੁੰਦੀ ਅਤੇ ਸੇਵੇ ਬਲਣੇ ਵੇਖਣੇ ਚਾਹੁੰਦੀ ਆ। ਵੇਖੋ ਜੀ, ਨਸ਼ਾ ਦੇ ਅੱਜ ਇਹੋ ਜਿਹੇ ਹਾਲਾਤ ਹੋ ਗਏ ਆ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਕੋ ਵੀ ਗੱਲ ਕਰ ਲਓ ਹੈ ਸਾਰੇ ਦੁਖੀ ਆ, ਪਰ ਇਹ ਮੁੱਦੇ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਅੱਜ ਮਾਪ ਸ਼ਾਇਦ ਇਸ ਕਰਕੇ ਹੌਂਸਲਾ ਕਰਕੇ ਬਹਿ ਗਿਆ ਵੀ ਕੋਈ ਨਹੀਂ, ਮੇਰਾ ਕਰਦਾ ਅਤੇ ਉਹਦਾ ਵੀ ਕਰਦਾ, ਪਰ ਅੱਜ ਲੋੜ ਆ ਇਕੱਤਰਤਾਈ ਦੀ, ਇਕੱਠੇ ਹੋਈਏ ਸਰਕਾਰਾਂ 'ਤੇ, ਸ਼ਾਸਨ 'ਤੇ, ਪ੍ਰਸ਼ਾਸਨ 'ਤੇ ਕੋਈ ਆਸ ਨਾ ਰੱਖੀਏ। ਇਹਦੇ ਵਿੱਚ ਅਸੀਂ ਉਹਨਾਂ ਦੇ ਘਰ ਵਾਲਿਆਂ ਦੀ ਸਟੇਟਮੈਂਟ ਲਿਖ ਕੇ ਮੌਕਾ ਸਾਰਾ ਦੇਖਿਆ ਗਿਆ ਮੇਰੇ ਵੱਲੋਂ, ਡਿਪਟੀ ਸਾਹਿਬ ਵੱਲੋਂ, ਅਤੇ ਉਸਦੇ ਮੁਤਾਬਕ ਅਸੀਂ 174 ਦੀ ਜਿਹੜੀ ਕਾਰਵਾਈ, 174 ਦੀ ਕਾਰਵਾਈ ਕੀਤੀ ਹੈ, ਅਤੇ ਇਹਦੇ ਵਿੱਚ ਅਸੀਂ ਜਿਹੜੀ ਆ ਇਨਵੈਸਟੀਗੇਸ਼ਨ ਆਪਣੀ ਕਰ ਰਹੇ ਹਾਂ ਵੀ ਇਸ ਦੀ ਮੌਤ ਦਾ ਜਿਹੜਾ ਕਾਰਨ ਕੀ ਹੈ, ਅਤੇ ਪੋਸਟਮਾਰਟਮ ਉਹਦਾ ਹੋ ਗਿਆ ਵਾ, ਦੇਖੋ ਜੀ ਪੋਸਟਮਾਰਟਮ ਰਿਪੋਰਟ 'ਚੋਂ ਕਲੀਅਰ ਹੋ ਜਾਣਾ, ਬਾਕੀ ਅਸੀਂ ਉਹਦੀ ਕਾਲ ਡਿਟੇਲ ਲੈ ਕੇ ਉਹਨੂੰ ਐਨਾਲਾਈਜ਼ ਕਰਦੇ ਹਾਂ, ਅਤੇ ਜੋ ਵੀ ਇਹਦੇ ਵਿੱਚ ਸਾਹਮਣੇ ਆਊਗਾ ਉਸ ਹਿਸਾਬ ਨਾਲ ਜਿਹੜੀ ਅੱਗੇ ਕਾਰਵਾਈ ਕੀਤੀ।